दैनिक सवेरा अंधेरे से उजाले की ओर। थाना लांबड़ा के अधीन पड़ते गांव बाजड़ा में 12 वर्षीय बच्चे का कटा हुआ सर मिला है। मामले का खुलासा देर शाम उस समय हुआ जब कटे सिर को कुत्ते द्वारा नोचते हुए एक स्थानीय फैक्ट्री मैनेजर ने देखा। फिलहाल पुलिस बच्चे के शरीर के बाकी हिस्से को ढूंढने में लगी हुई है। सिर से नीचे का हिस्सा पुलिस को फिलहाल नहीं मिला है। पुलिस ने धारा 302 के तहत मामला दर्ज कर लिया है। कल मिति 26/12/14 ਨੂੰ ਸਾਨੂੰ ਇਤਲਾਹ ਮਿਲੀ ਸੀਗੀ ਕਿ ਬਾਜਰਾ ਰੋਡ ਤੇ ਇੱਕ ਪੀਓਪੀ ਫੈਕਟਰੀ ਦੇ ਮੈਨੇਜਰ ਨੇ ਇਤਲਾਹ ਦਿੱਤੀ ਅਤਲ ਗੁਪਤਾ ਨੇ ਵੀ ਇੱਕ ਕੁੱਤਾ ਬੱਚੇ ਦੀ ਖੋਪਰੀ ਲਈ ਫਿਰਦਾ ਜੀ। ਅਸੀਂ ਜਦੋਂ ਗਏ ਹਾਂ ਉੱਥੇ ਜਾ ਕੇ ਅਸੀਂ ਉਹ ਖੋਪਰੀ ਦੇਖੀ ਆ, ਕਬਜ਼ਾ ਪੁਲਿਸ ਵਿੱਚ ਲਈ ਆ ਅਤੇ ਉਹ ਖੋਪਰੀ 'ਤੇ ਥੋੜ੍ਹੇ ਜਿਹੇ ਬਾਲ ਸੀ, ਉੱਥੋਂ ਪਤਾ ਲੱਗਦਾ ਵੀ ਇਨਸਾਨੀ ਖੋਪਰੀ ਆ ਅਤੇ ਬਾਕੀ ਉਹਦਾ ਦੁਆਲੇ ਦੇਖਿਆ ਕਿਤੇ ਇਹਦਾ ਧੜ ਵਗੈਰਾ ਪਿਆ ਹੋਵੇ ਜਾਂ ਕੋਈ ਹੋਰ ਸਰੀਰ ਦਾ ਅੰਗ ਹੋਵੇ, ਪਰ ਨਹੀਂ ਮਿਲਿਆ। ਉਸ ਤੋਂ ਬਾਅਦ ਅਸੀਂ ਆਲੇ ਦੁਆਲੇ ਦੇ ਪਿੰਡਾਂ ਵਿੱਚ ਵੀ ਅਨਾਊਂਸਮੈਂਟ ਕਰਵਾਈ ਆ ਅਤੇ ਆਲੇ ਦੁਆਲੇ ਦੇ ਥਾਣਿਆਂ ਵਿੱਚ ਵੀ ਕਰਵਾਈ ਆ ਅਤੇ ਅਸੀਂ ਪੇਪਰ ਵਿੱਚ ਵੀ ਦੇ ਦਿੱਤਾ ਹੈਗਾ ਜੀ ਵੀ ਭਾਰਗੋ ਕੈਂਪ ਤੋਂ 2 ਬੰਦੇ ਆਏ ਵੀ ਆ, ਉਹਨੀ ਪਛਾਣ ਕੇ ਇਨਕਾਰ ਕਰ ਦਿੱਤਾ ਵੀ ਇਹ ਸਾਡੀ ਨਹੀਂ ਹੈਗੀ, ਇਹਨੂੰ ਜਲਦੀ ਸ਼ਨਾਖਤ ਕਰ ਰਹੇ ਹਾਂ ਅਤੇ ਅਸੀਂ ਇਹਦੇ ਸੰਬੰਧ ਵਿੱਚ ਮੁਕੱਦਮਾ ਦਰਜ ਕਰ ਦਿੱਤਾ ਜੀ। ਮੁਕੱਦਮਾ ਅਸੀਂ ਇਹ ਜੀ 302-201 ਦਾ ਕੀਤਾ ਜੀ, ਕਤਲ ਕਰਕੇ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਕਰਨਾ।